ਸ਼੍ਰੀ ਅਨੰਦਪੁਰ ਸਾਹਿਬ ਹੋਲੇ ਮੁਹੱਲੇ ਦੇ ਵਿੱਚ ਇੱਕ ਨੌਜਵਾਨ ਦਾ ਕਤਲ ਹੋ ਗਿਆ ਹੈ ਜੁਮੇਵਾਰ ਜਿਹੜੇ ਲੋਕ ਸੀ ਜਿਨ੍ਹਾਂ ਨੇ ਕਤਲ ਕੀਤਾ ਉਹਨਾਂ ਦੀ ਪਛਾਣ ਹੋ ਚੁੱਕੀ ਹੈ ਜੀ ਹਾਂ ਵੱਡੇ ਅਪਡੇਟ ਜਿਹੜੀ ਹੈ ਇਸ ਵਕਤ ਸਾਂਝੀ ਹੋ ਰਹੀ ਹੈ ਜਿੱਥੇ ਲਗਾਤਾਰ ਜਿਹੜੀਆਂ ਚੀਜ਼ਾਂ ਨੇ ਉਹ ਸਾਹਮਣੇ ਆ ਰਹੀਆਂ ਨੇ ਲਗਾਤਾਰ ਹੋਲੇ ਮੁਹੱਲੇ ਤੇ ਜਿਹੜੀ ਹੈ ਉਹ ਨਜ਼ਰ ਬਣੀ ਹੋਈ ਐ ਸੋ ਗੱਲਬਾਤ ਸਾਂਝੀ ਕਰਾਂਗੇ ਸਾਰੇ ਜਾਣੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਕਰਿਓ ਅੱਜ ਦੀ ਵੀਡੀਓ ਦੇ ਅੰਤ ਤੱਕ ਜ਼ਰੂਰ ਬਨੇ ਰਹੇ ਹੋ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਪੰਥ ਨਾਲ ਜੁੜੇ ਨੌਜਵਾਨਾਂ ਅੰਦਰ ਹੋਲੇ ਮਹੱਲੇ ਤੇ ਨਿਹੰਗ ਦਲਾਂ ਦੀ ਚੜ੍ਹਦੀ ਕਲਾ ਅਤੇ ਜਲੌ ਦੇਖਣ ਦਾ ਚਾਹ ਹੁੰਦਾ ਹੈ ਜੋ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਗਾਜ਼ੀਕੋਟ ਤੋਂ ਕੈਨੇਡਾ ਆਣ ਵਸੇ 24 ਸਾਲਾ ਨੌਜਵਾਨ ਪ੍ਰਦੀਪ ਨੂੰ ਆਨੰਦਪੁਰ ਸਾਹਿਬ ਖਿੱਚ ਕੇ ਲੈ ਗਿਆ ਸੀ ਹੁੱਲੜਵਾਜਾਂ ਨੂੰ ਇਸ ਧਾਰਮਿਕ ਸਮਾਗਮ ਵਿੱਚ ਉੱਚੀ ਉੱਚੀ ਡੀਜੇ ਨਾਲ ਵਜਾਉਣ ਦੀ ਮਤ ਦੇਣੀ ਉਸ ਨੂੰ ਮਹਿੰਗੀ ਪੈ ਗਈ ਹੈ ਤੇ ਉਸ ਨੌਜਵਾਨ ਨੂੰ ਇੰਨਾ ਕੁੱਟਿਆ ਮਾਰਿਆ ਗਿਆ ਕਿ ਉਸ ਦੀ ਜਾਨ ਹੀ ਚਲੀ ਗਈ ਹੈ ਬੀਤੇ ਕੁਝ ਸਾਲਾਂ ਵਿੱਚ ਨਿਹੰਗ ਸਿੰਘਾਂ ਬਾਰੇ ਆਮ ਸਮਾਜ ਦੇ ਵਿੱਚ ਇੰਨੀ ਕੋ ਕੁੜੱਤਣ ਭਰੀ ਗਈ ਹੈ ਕਿ ਇੰਨੀ ਭੀੜ ਚੋਂ ਕਿਸੇ ਨੇ ਉਸ ਨੂੰ ਬਚਾਉਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਹੈ ਬਚਾ ਲਈ ਆਪਣੇ ਹਥਿਆਰ ਵਰਤਦਾ ਤਾਂ ਫਿਰ ਪੁੱਠੀ ਪੈਂਜੀ ਸੀ ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਵਿੱਚ ਪੱਕਾ ਹੋਣ ਤੋਂ ਬਾਅਦ ਪਹਿਲੀ ਵਾਰ ਉਹ ਟੱਬਰ ਨੂੰ ਮਿਲਣ ਪੰਜਾਬ ਗਿਆ ਸੀ ਮਲਾਵਰਾਂ ਨਾਲ ਉਸ ਦੀ ਪਹਿਲਾਂ ਕੋਈ ਜਾਣ ਪਛਾਣ ਜਾਂ ਰੰਜਿਸ਼ ਨਹੀਂ ਸੀ ਉਸ ਦਾ ਸਬੰਧ ਕਿਸੇ ਵੀ ਨਿਹੰਗ ਸਿੰਘ ਜਥੇਬੰਦੀ ਦੇ ਨਾਲ ਨਹੀਂ ਸੀ ਅਕਸਰ ਸਿੱਖ ਨੌਜਵਾਨ ਹੌਲੇ ਮੁਹੱਲੇ ਤੇ ਤਿਆਰ ਵਰ ਤਿਆਰ ਸਿੰਘ ਦਾ ਬਾਣਾ ਸਜਾ ਲੈਂਦੇ ਨੇ ਇਸੇ ਤਰ੍ਹਾਂ ਸਰੀ ਤੋਂ ਆਪਣੇ ਪਿਤਾ ਦੇ ਅਸਤ ਪੌਣ ਪੰਜਾਬ ਜਾ ਰਹੇ 753 ਕੋਸਾਲਾਂ ਦੇ ਪੰਜਾਬੀ ਦੀ ਹਵਾਈ ਜਹਾਜ਼ ਦੇ ਵਿੱਚ ਹੀ ਦਿਲ ਦਾ ਦੌਰਾ ਪੈ ਕੇ ਮੌਤ ਹੋਣ ਦੀ ਖਬਰ ਵੀ ਪਿਛਲੇ ਦਿਨਾਂ ਤੋਂ ਮਿਲੀ ਸੀ ਜਹਾਜ਼ ਉਤਰਨ ਵਿੱਚ ਪੌਣਾ ਕੋ ਘੰਟਾ ਰੰਦਾ ਸੀ ਕਿ ਇਹ ਪਾਣਾ ਵਾਪਰ ਗਿਆ ਸੀ ਤੇ ਹੁਣ ਜਿੱਥੇ ਲਗਾਤਾਰ ਚੀਜ਼ਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਲਗਾਤਾਰ ਪ੍ਰਿੰਸ ਦੇ ਉੱਪਰ ਨਜ਼ਰ ਬਣੀ ਹੋਈ ਹੈ ਕੋਈ ਕਹਿ ਰਿਹਾ ਹੈ ਕਿ ਉਹ ਪੰਜਾਬ ਆਇਆ ਸੀ ਤੇ ਆਪਣੇ ਪਿਤਾ ਦੇ ਕਰਕੇ ਆਇਆ ਸੀ ਕੋਈ ਕੁਝ ਕਹਿ ਰਿਹਾ ਹੈ ਪਰ ਅਸਲ ਸੱਚ ਕੀ ਹੈ ਕਿ ਉਹ ਪੀਆਰ ਹੋਣ ਤੋਂ ਬਾਅਦ ਪੰਜਾਬ ਆਇਆ ਸੀ ਆਪਣੇ ਮਾਤਾ ਪਿਤਾ ਨੂੰ ਮਿਲਣ ਪਰਿਵਾਰ ਨੂੰ ਮਿਲਣ ਉਸ ਤੋਂ ਬਾਅਦ ਚਾ ਚੜਿਆ ਕੇ ਆਨੰਦਪੁਰ ਸਾਹਿਬ ਹੋਲਾ ਮਹੱਲਾ ਵੇਖ ਕੇ ਆਮਾ ਉਸ ਦੇ ਲਈ ਉਹਨੇ ਹੋਲੇ ਮਹੱਲੇ ਤੇ ਜਾਣਾ ਤੈਅ ਕਰ ਲਿਆ ਸੀ ਸੋ ਗੱਲ ਕਰੀਏ ਜਿੱਥੇ ਕਿ ਐਨ ਆਰ ਆਈ ਦਾ ਕਤਲ ਹੋਇਆ ਹੈ ਤੇ ਉਸ ਦਾ ਪਰਿਵਾਰ ਗੁਰਦਾਸਪੁਰ ਦੇ ਪਿੰਡ ਗਾਜ਼ੀਕੋਟ ਦੇ ਵਿੱਚ ਰਹਿੰਦਾ ਹੈ। ਉਹਨਾਂ ਨੂੰ ਮਿਲਣ ਹੋਲਾ ਮਹੱਲਾ ਇੱਕ ਧਾਰਮਿਕ ਸਮਾਗਮ ਦੇ ਵਿੱਚ ਹਿੱਸਾ ਲੈਣ ਦੇ ਲਈ ਭਾਰਤ ਆਇਆ ਸੀ। ਮਾਰੇ ਗਏ ਨੌਜਵਾਨ ਦਾ ਨਾਮ ਪ੍ਰਦੀਪ ਸਿੰਘ ਉਰਫ ਪ੍ਰਿੰਸ ਹੈ। 24 ਸਾਲਾਂ ਦੀ ਜਿਸ ਦੀ ਉਮਰ ਹੈ ਦੱਸਿਆ ਜਾ ਰਿਹਾ ਹੈ ਕਿ ਆਨੰਦਪੁਰ ਸਾਹਿਬ ਦੇ ਧਾਰਮਿਕ ਸਮਾਗਮ ਦੇ ਵਿੱਚ ਅਸ਼ਲੀਲ ਗੀਤ ਵਜਾਉਣ ਤੇ ਰੋਕ ਲਗਾਉਣ ਤੋਂ ਬਾਅਦ ਵਿਵਾਦ ਸ਼ੁਰੂ ਹੋਇਆ ਸੀ। ਮੁਹਾਲੀ ਦੇ ਵਿੱਚ ਬਦਮਾਸ਼ਾਂ ਦੇ ਨਾਲ ਚੜਪ ਹੋ ਗਈ ਤੇ ਨੌਜਵਾਨਾਂ ਨੇ ਹਥਿਆਰਾਂ ਦੇ ਨਾਲ ਪ੍ਰਿੰਸ ਤੇ ਹਮਲਾ ਕਰ ਦਿੱਤਾ ਉਹਨਾਂ ਤੇ ਤਲਵਾਰਾਂ ਨਾਲ ਹਮਲਾ ਕੀਤਾ ਗਿਆ ਜ਼ਖਮੀ ਪ੍ਰਦੀਪ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ ਪ੍ਰਵਾਸੀ ਭਾਰਤੀ ਨੌਜਵਾਨ ਨੂੰ ਮਾਰਨ ਵਾਲਾ ਦੋਸ਼ੀ ਨਿਰੰਜਨ ਸਿੰਘ ਹੈ ਐਸਐਸਪੀ ਮੁਹਾਲੀ ਨੇ ਦੱਸਿਆ ਕਿ ਘਟਨਾ ਸਮੇਂ ਵਰਦੀਪ ਸਿੰਘ ਨੇ ਨਿਹੰਗਾਂ ਦਾ ਡਰੈਸ ਪਾਇਆ ਹੋਇਆ ਸੀ ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਹ ਕਿਸੇ ਨਿਹੰਗ ਗਰੁੱਪ ਦੇ ਨਾਲ ਸਬੰਧਤ ਨਹੀਂ ਸੀ ਉਸ ਨੇ ਨਿਹੰਗਾਂ ਦਾ ਪਹਿਰਾਵਾ ਕਿਉਂ ਪਾਇਆ ਸੀ ਅਤੇ ਉਸ ਦਾ ਕਤਲ ਕਿਉਂ ਕੀਤਾ ਗਿਆ ਸੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਉਸ ਘਟਨਾ ਦੇ ਕਈ ਵੀਡੀਓਜ਼ ਵੀ ਜਿਹੜੇ ਨੇ ਉਹ ਵਾਇਰਲ ਹੋ ਰਹੇ ਨੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਘਟਨਾ ਦੇ ਸਾਰੇ ਵਾਇਰਲ ਵੀਡੀਓਜ਼ ਦੀ ਜਾਂਚ ਕਰ ਰਹੇ ਨੇ ਉਹਨਾਂ ਕਿਹਾ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਕਿਸੇ ਵੀ ਅਫਵਾਹ ਤੇ ਵਿਸ਼ਵਾਸ ਨਾ ਕਰਨ ਅਗਲੇਰੀ ਜਾਂਚ ਚੱਲ ਰਹੀ ਹੈ ਇਹਨਾਂ ਵੀਡੀਓਜ਼ ਦੇ ਵਿੱਚ ਲੋਕਾਂ ਦਾ ਇੱਕ ਸਮੂਹ ਪ੍ਰਦੀਪ ਸਿੰਘ ਦੀ ਕੁੱਟਮਾਰ ਕਰਦਾ ਨਜ਼ਰ ਆ ਰਿਹਾ ਹੈ ਉਸ ਤੇ ਪੱਥਰ ਸੁੱਟੇ ਗਏ ਤਲਵਾਰਾਂ ਨਾਲ ਕਈ ਵਾਰ ਵੀ ਕੀਤੇ ਗਏ ਨੇ ਉਹ ਭੱਜਦਾ ਨਜ਼ਰ ਆ ਰਿਹਾ ਹੈ ਅਤੇ ਨੌਜਵਾਨ ਉਸ ਨੂੰ ਘੇਰ ਕੇ ਕੁੱਟਦੇ ਹੋਏ ਨਜ਼ਰ ਆ ਰਹੇ ਨੇ ਇੱਕ ਵੀਡੀਓਜ਼ ਦੇ ਵਿੱਚ ਉਹ ਦੌੜੇ ਹੋਏ ਜ਼ਮੀਨ ਤੇ ਡਿੱਗਦਾ ਹੈ ਕੁਝ ਲੋਕਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਕਿ ਜਾਨ ਦਿਓ ਜਾਨ ਦਿਓ ਪਰ ਸੈਂਕੜੇ ਦੀ ਭੀੜ ਉਸ ਨੂੰ ਕਿਸੇ ਨੇ ਨਹੀਂ ਬਚਾਇਆ ਇਹ ਗੱਲਬਾਤ ਜਿਹੜੀ ਹੈ ਉਹ ਸਾਫ਼ ਹੋ ਗਈ ਹੈ ਹੁਣ ਦੂਜੇ ਪਾਸੇ ਗੱਲ ਕਰਾਂਗੇ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਹਨਾਂ ਨੂੰ ਮੰਗਲਵਾਰ ਰਾਤ ਕਰੀਬ 10:30 ਵਜੇ ਸੂਚਨਾ ਮਿਲੀ ਕਿ ਸੂਚਨਾ ਮਿਲੀ ਸੀ ਕਿ ਜਿਹੜੀ ਝਗੜੇ ਦੌਰਾਨ ਪ੍ਰਦੀਪ ਸਿੰਘ ਨਾਂ ਦੇ ਲੜਕੇ ਦੀ ਮੌਤ ਹੋ ਗਈ ਹੈ ਐਸਐਸਪੀ ਮੁਹਾਲੀ ਨੇ ਦੱਸਿਆ ਹੈ ਕਿ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਦੀ ਪਛਾਣ ਨਰਿੰਜਨ ਸਿੰਘ ਦੇ ਵਜੋਂ ਹੋ ਚੁੱਕੀ ਹੈ ਪੁਲਿਸ ਨੇ ਦੱਸਿਆ ਹੈ ਕਿ ਹੁਣ ਤੱਕ ਪਤਾ ਲੱਗਿਆ ਹੈ ਕਿ ਹੋਲਾ ਮਹੱਲਾ ਦੇ ਵਿੱਚ ਹਿੱਸਾ ਲੈਣ ਜਾ ਰਹੇ ਕੁਝ ਨੌਜਵਾਨ ਅਸ਼ਲੀਲ ਗੀਤ ਵਜਾ ਕੇ ਹੰਗਾਮਾ ਕਰ ਰਹੇ ਸਨ ਪ੍ਰਦੀਪ ਸਿੰਘ ਉਰਫ ਪ੍ਰਿੰਸ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਇਸ ਤੋਂ ਗੁੱਸੇ ਵਿੱਚ ਆ ਕੇ ਨੌਜਵਾਨਾਂ ਨੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਇੱਕ ਨੌਜਵਾਨ ਨੇ ਰਾਜਕੁਮਾਰ ਤੇ ਤਲਵਾਰਾਂ ਦੇ ਨਾਲ ਵਾਰ ਕਰ ਦਿੱਤੇ ਰਦੀਪ ਕੈਨੇਡਾ ਦਾ ਪਰਮਾਨੈਂਟ ਰੈਜ਼ੀਡੈਂਟ ਪੀਆਰ ਹੈ ਅਤੇ ਫਰਵਰੀ ਦੇ ਵਿੱਚ ਭਾਰਤ ਆਇਆ ਸੀ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮਿਰਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਉਹਨਾਂ ਨੇ ਇੱਕ ਵਾਰ ਵਿੱਚ ਕੁਝ ਗੁੰਡਿਆਂ ਨੂੰ ਸ਼ਰਿਆਮ ਗਾਣੇ ਵਜਾਉਂਦੇ ਦੇਖਿਆ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਉਸਤੇ ਹਮਲਾ ਕਰ ਦਿੱਤਾ ਉਸ ਦੀ ਮੌਕੇ ਤੇ ਮੌਤ ਹੋ ਗਈ ਉਹਨਾਂ ਦੀ ਮੰਗ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਹਾਲਾਂਕਿ ਇਸ ਚੀਜ਼ ਤੇ ਜਿਹੜੀ ਹੈ ਬਿਲਕੁਲ ਧਿਆਨ ਰੱਖਿਆ ਜਾ ਰਿਹਾ ਹੈ ਹਰ ਕੋਈ ਇਸ ਚੀਜ਼ ਦੇ ਉੱਪਰ ਨਜ਼ਰ ਗੜਾ ਕੇ ਬੈਠਾ ਹੋਇਆ ਹੈ ਆਨੰਦਪੁਰ ਸਾਹਿਬ ਵਾਲੀ ਘਟਨਾ ਤੋਂ ਬਾਅਦ ਹਰ ਕਿਸੇ ਦਾ ਮਨ ਡੋਲ ਗਿਆ ਏ ਹਰ ਕੋਈ ਜਿਹੜਾ ਇਸ ਗੱਲ ਦੇ ਉੱਪਰ ਸੋਚ ਵਿਚਾਰ ਕਰ ਰਿਹਾ ਏ ਕਿ ਆਖਰਕਾਰ ਇਹ ਹੋਇਆ ਕਿਉਂ ਇਹ ਚੀਜ਼ਾਂ ਕਿਉਂ ਹੋਈਆਂ ਨੇ ਇਹ ਸਾਰੀ ਚੀਜ਼ਾਂ ਨੂੰ ਜਿਹੜੀ ਹੈ ਬਿਲਕੁਲ ਧਿਆਨ ਦੇ ਨਾਲ ਵੇਖਿਆ ਜਾ ਰਿਹਾ ਏ ਸੋ ਦੂਜੇ ਪਾਸੇ ਜੇ ਗੱਲ ਕਰੀਏ ਜਿੱਥੇ ਕਿ ਪੰਜਾਬ ਦੇ ਵਿੱਚ ਹੋਲੇ ਮਹੱਲੇ ਦੀ ਘਟਨਾ ਤੋਂ ਬਾਅਦ ਨੌਜਵਾਨ ਦਾ ਕਤਲ ਹੋਇਆ ਉਹ ਘਟਨਾ ਜਿਹੜੀ ਹੈ ਪੂਰੀ ਕੁਝ ਲੋਕਾਂ ਦੇ ਮੋਬਾਈਲਾਂ ਦੇ ਵਿੱਚ ਕੈਦ ਹੋ ਗਈ ਹੈ ਉਹ ਵੀਡੀਓਜ਼ ਵੀ ਜਿਹੜੀਆਂ ਨੇ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਐਸਐਸਪੀ ਉਹਨਾਂ ਵੀਡੀਓਜ਼ ਦੇ ਬਿਲਕੁਲ ਬਣੇ ਹੋਏ ਨੇ ਉਹਨਾਂ ਵੀਡੀਓਜ਼ ਦੀ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਹਰ ਇੱਕ ਵੀਡੀਓ ਤੇ ਜਿਹੜੀ ਹੈ ਉਹ ਜਾਂਚ ਜਾਰੀ ਹੈ ਹਰ ਇੱਕ ਵੀਡੀਓ ਨੂੰ ਖੰਘਾਲਿਆ ਜਾ ਰਿਹਾ ਹੈ ਜਿਹੜੇ ਲੋਕ ਇਸ ਘਟਨਾ ਦੇ ਵਿੱਚ ਸ਼ਾਮਲ ਨੇ ਉਹਨਾਂ ਲੋਕਾਂ ਤੇ ਕਾਰਵਾਈ ਹੋਵੇਗੀ ਔਰ ਜੋ ਲੋਕ ਉਥੇ ਮੌਜੂਦ ਸੀ ਉਹਨਾਂ ਤੋਂ ਵੀ ਪੁੱਛਗਿੱਛ ਹੋਵੇਗੀ ਇਹ ਗੱਲ ਜਿਹੜੀ ਹੈ ਵਾਰ-ਵਾਰ ਕਹੀ ਜਾ ਰਹੀ ਹੈ ਆਨੰਦਪੁਰ ਸਾਹਿਬ ਵਾਲੀ ਘਟਨਾ ਤੋਂ ਬਾਅਦ ਹਰ ਕੋਈ ਡਰ ਗਿਆ ਆਪਣੇ ਬੱਚਿਆਂ ਨੂੰ ਆਨੰਦਪੁਰ ਸਾਹਿਬ ਭੇਜਣ ਦੇ ਡਰਦਾ ਪਿਆ ਹੈ ਹਰ ਕੋਈ ਬੰਦਾ ਆਨੰਦਪੁਰ ਸਾਹਿਬ ਆਪਣੇ ਬੱਚਿਆਂ ਨੂੰ ਭੇਜਣ ਦੇ ਲਈ ਦੋ ਵਾਰ ਸੋਚਦਾ ਹੈ ਕਿ ਕਿਤੇ ਜਾ ਕੇ ਅਜੀਹਾ ਕੋਈ कांड ਹੀ ਨਾ ਹੋ ਜਾਵੇ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ ਨਵੇਂ ਨਵੇਂ ਵੀਡੀਓ ਵੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਰੱਬ ਰਾਖਾ